ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਫਿਰ ਆ ਗਏ ਜੀ ਬੈਂਕਾਕ ਏਅਰਪੋਰਟ 'ਤੇ। 14 ਤਰੀਕ ਨੂੰ ਗਿਆ ਸੀ ਆਪਾਂ, ਅੱਜ ਹੋ ਗਈ 16, ਅਤੇ ਜਾਣਾ ਸੀਗਾ ਵੀਅਤਨਾਮ। ਵੀਜ਼ਾ ਸੀਗਾ ਆਪਣੇ ਕੋਲ, ਪਰ ਚੱਕਰ ਕੀ ਪਿਆ, ਆਪਾਂ ਆਪਣੇ ਕੋਲ ਟਿਕਟ ਸੀ ਹੋਚੀ ਮਿਨੀ ਸਿਟੀ ਆ, ਉੱਥੇ ਜਾਣਾ ਸੀ ਆਪਾਂ। ਅਤੇ ਵੀਜ਼ੇ 'ਤੇ ਉਹਨਾਂ ਨੇ ਪੋਰਟ ਆਫ ਐਂਟਰੀ ਲਿਖਤੀ ਕੋਈ ਹੋਰ, ਜਦਕਿ ਆਪਾਂ ਜਦੋਂ ਅਪਲਾਈ ਕੀਤਾ ਸੀ ਉਦੋਂ ਹੋਚੀ ਮਿਨੀ ਲਿਖਿਆ ਸੀ, ਕਿਉਂਕਿ ਆਪਣੇ ਕੋਲ ਟਿਕਟ ਪਹਿਲਾਂ ਦੀ ਲਿਖੀ ਸੀ। ਅਤੇ ਉਹ ਚਲੋ ਆਪਣੀ ਟਿਕਟ ਗਈ, ਨਵੀਂ ਲਈ ਆ ਕੱਲ੍ਹ ਆਪਾਂ 5500 ਦੀ ਇੰਡੀਆ ਵਾਲੇ ਦੀ। ਅਤੇ ਨਾਲ ਕਿੰਦੂ ਸੀਗਾ, ਕਿੰਦੂ ਦਾ ਉਹਨਾਂ ਨੇ ਸਹੀ ਨਹੀਂ ਕੀਤਾ ਆਪਣਾ, ਤਾਂ ਜਿਵੇਂ ਉਹਨਾਂ ਨੂੰ ਈਮੇਲ ਕੀਤੀ ਸੀ ਵੀ ਤੁਸੀਂ ਆਹ ਕੀ ਕੀਤਾ, ਵੀ ਆਪਣਾ ਇਸਦਾ ਕੀ ਕੀਤਾ ਸੀਗਾ ਅਪਲਾਈ ਹੋਚੀ ਮਿਨੀ ਲਈ ਐਪਲੀਕੇਸ਼ਨ 'ਤੇ, ਵੀ ਆਪਾਂ ਮੈਂ ਦੁਬਾਰਾ ਚੈੱਕ ਕੀਤਾ ਹੋਚੀ ਮਿਨੀ ਲਿਖਿਆ ਸੀ ਹੋਚੀ ਮਿਨੀ ਸਿਟੀ, ਅਤੇ ਕਿੰਦੂ ਦਾ ਲਿਖਿਆ ਸੀ ਹੋਚੀ ਮਿਨੀ ਸਿਟੀ, ਪਰ ਲਿਖਿਆ ਸੀ ਉਹਨਾਂ ਦਾ ਸੀ ਪੋਰਟ, ਏਅਰਪੋਰਟ ਨਹੀਂ ਲਿਖਿਆ ਸੀਗਾ, ਸੀ ਪੋਰਟ ਲਿਖਿਆ ਸੀਗਾ ਉਹਨਾਂ ਨੇ ਠੀਕ ਨਹੀਂ ਕੀਤਾ। ਕਿੰਦੂ ਫਿਰ ਜਾਊਗਾ ਅੱਜ ਕੱਲ੍ਹ ਨੂੰ, ਫਿਰ 17 ਤਰੀਕ ਨੂੰ ਸਿੰਗਾਪੁਰ ਸਿੱਧਾ, ਕਿਉਂਕਿ ਆਪਣੀਆਂ ਟਿਕਟਾਂ ਉੱਥੋਂ ਬੁੱਕ ਸੀਗੀਆਂ ਹੋਚੀ ਮਿਨੀ ਸਿਟੀ ਤੋਂ ਸਿੰਗਾਪੁਰ ਦੀਆਂ, ਸਿੰਗਾਪੁਰ ਤੋਂ ਫਿਰ ਵਾਪਸੀ ਹੈ ਸਾਰਿਆਂ ਦੀ। ਜਦੋਂ ਵੀ ਵੀਜ਼ਾ ਅਪਲਾਈ ਕਰਨਾ ਤਾਂ ਚੈੱਕ ਜ਼ਰੂਰ ਕਰ ਲਿਓ ਜਦੋਂ ਵੀਜ਼ਾ ਆ ਗਿਆ ਵੀਅਤਨਾਮ ਦਾ, ਜੇ ਆਉਣਾ ਕਿਸੇ ਨੇ, ਵੀ ਤੁਹਾਡੀ ਟਿਕਟ ਦੇ ਨਾਲ ਉਹਨਾਂ ਦੀ ਜਿਹੜੀ ਸਿਟੀ ਪਾਈ ਉਹ ਮੈਚ ਕਰਦੀ ਆ, ਜਾਂ ਵੀਜ਼ਾ ਪਹਿਲਾਂ ਅਪਲਾਈ ਕਰੋ ਟਿਕਟ ਬਾਅਦ 'ਚ ਲਓ। ਜੇ ਤੁਸੀਂ ਸਪੈਸ਼ਲੀ ਕੋਈ ਇੱਕ ਸਿਟੀ 'ਚ ਜਾਣਾ, ਜਿਵੇਂ ਆਪਾਂ ਹੋਚੀ ਮਿਨੀ ਜਾਣਾ, ਫਿਰ ਆਪਦਾ ਉਹ ਚੈੱਕ ਜ਼ਰੂਰ ਕਰ ਲਿਓ ਵੀ ਹੋਚੀ ਮਿਨੀ ਸਿਟੀ ਲਿਖਿਆ ਜਾਂ ਜਿਹੜੀ ਸਿਟੀ ਵੀ ਤੁਸੀਂ ਜਾਣਾ ਚਾਹੁੰਦੇ ਹੋ ਲਿਖਿਆ ਹੈ ਉੱਤੇ, ਤਾਂ ਚੜ੍ਹਨ ਦਿੰਦੇ ਆ, ਨਹੀਂ ਚੜ੍ਹਨ ਦਿੰਦੇ। ਜਦਕਿ ਵੀਜ਼ਾ ਮੇਰੇ ਹਿਸਾਬ 'ਚ ਪੂਰੇ ਦੇਸ਼ ਦਾ ਹੀ ਹੁੰਦਾ, ਪਰ ਇਹਨਾਂ ਨੇ ਚੜ੍ਹਨ ਨਹੀਂ ਦਿੱਤਾ ਆਪਾਂ ਨੂੰ, ਨਾ ਹੀ ਕਿੰਦੂ ਨੂੰ। ਕਿੰਦੂ ਦਾ ਹੋਚੀ ਮਿਨੀ ਸਿਟੀ ਤਾਂ ਲਿਖਿਆ ਸੀ, ਪਰ ਸੀ ਪੋਰਟ ਲਿਖਿਆ ਸੀਗਾ, ਏਅਰਪੋਰਟ ਨਹੀਂ ਲਿਖਿਆ ਸੀਗਾ। ਉਹ ਡਬਲ ਚੈੱਕ ਕਰ ਲਿਓ ਜਦੋਂ ਵੀ ਕਿਸੇ ਨੇ ਵੀਅਤਨਾਮ ਜਾਣਾ ਜਾਂ ਕਿਸੇ ਹੋਰ ਦੇਸ਼ ਵੀ ਜਾਣਾ, ਪਹਿਲਾਂ ਚੈੱਕ ਕਰ ਲਿਓ। ਪਹੁੰਚ ਗਿਆ ਜੀ ਆਪਾਂ ਹੋਚੀ ਮਿਨੀ ਸਿਟੀ ਵੀਅਤਨਾਮ। ਫਿਰ ਆਪਣੇ ਗਵਾਚਦਾ ਹੀ ਆ, ਕੱਲ੍ਹ ਨੂੰ ਆਪਣੀ ਇੱਥੋਂ ਫਲਾਈਟ ਪਹਿਲਾਂ ਹੀ ਬੁੱਕ ਆ ਸਿੰਗਾਪੁਰ ਦੀ, ਕਸਟਮ ਕਲੀਅਰ ਕਰਾ ਕੇ ਫਿਰ ਮਿਲ ਜਾ। ਵੀਅਤਨਾਮ ਪਹੁੰਚ ਗਿਆ ਜੀ, ਏਅਰਪੋਰਟ ਦੇ ਬਾਹਰ ਦਿੱਲੀ ਦਾ ਨਜ਼ਾਰਾ ਬਣਿਆ ਪਿਆ, ਅੰਦਰ ਵੀ ਬਹੁਤ ਲਾਈਨ ਸੀ ਓਪਨਿੰਗ, ਜਿਵੇਂ ਆਪਣੀ ਦਿੱਲੀ ਲੱਗ ਜੀ। ਹੁਣ ਇੱਥੋਂ ਸੋਹਣਾ ਤਾਂ ਹੋਟਲ ਜੀ ਹੈ, ਟੈਕਸੀ ਦੇਖ ਰਿਹਾ ਇੱਥੋਂ ਮੀਂਹ ਪੈਣ ਲੱਗ ਗਿਆ ਬਹੁਤ ਤੇਜ਼, ਪਹੁੰਚ ਜਾ ਤਾਂ ਸੋਹਣੇ ਕੋਲ ਮੀਂਹ ਲੱਗ ਗਿਆ ਜੀ ਪੈਣ, ਆਪਾਂ ਵੇਖ ਟੈਕਸੀ 'ਚ ਨਹੀਂ ਤਾਂ ਮੋਟਰਸਾਈਕਲ ਜਾਣਾ ਸੀਗਾ, ਅਤੇ ਟੈਕਸੀ ਮਿਲੀ ਆਪਾਂ ਨੂੰ 1,19,000 'ਚ। ਆਪਾਂ ਬਾਹਰ ਮਿਊਜ਼ੀਅਮ 'ਚ ਆਏ ਹਾਂ ਜੀ ਅੱਜ, ਸੋਹਣਾ ਆਉਂਦਾ ਸੀ, ਵੇਟ ਕਰਦੇ ਹਾਂ। ਮੋਟਰਸਾਈਕਲ ਲਿਆ ਸੀ ਉਹਦੇ ਨਾਲ ਥੋੜ੍ਹਾ ਲੇਟ ਹੋ ਗਿਆ, ਅਤੇ ਆਪਣੇ ਨਾਲ ਥੋੜ੍ਹਾ ਪਹਿਲਾਂ ਆ ਗਿਆ, ਅੰਦਰ ਜਾ ਕੇ ਦਿਖਾਉਂਦੇ ਹਾਂ ਕੀ ਕੀ ਹੋਇਆ। ਅਮਰੀਕਾ ਦੀ ਅਮਰੀਕਾ ਨੇ ਜਿਹੜੀ ਇਹਨਾਂ ਦੀ ਲੜਾਈ ਲੱਗੀ ਸੀ ਉਹਦੇ ਬਾਰੇ ਸੋਹਣਾ ਪਹਿਲਾਂ ਦੇਖ ਕੇ ਗਿਆ, ਉਹ ਦੱਸਦੇ ਕਹਿੰਦਾ ਅਮੈਰੀਕਨ ਜਿਹੜੀ ਵਾਰ ਹੋਈ ਸੀ ਨਾ ਇਹਨਾਂ ਦੀ ਅਤੇ ਅਮੈਰੀਕਾ ਦੀ, ਅਤੇ ਉਹਨਾਂ ਉਹਦੀ ਤਾਂ ਸਾਰੀ ਹਿਸਟਰੀ ਇੱਥੇ ਦੱਸੀ ਹੋਈ ਹੈ। ਇੱਥੋਂ ਟਿਕਟ ਮਿਲਦੀ ਜਿਹੜੀ ਨਾਲ ਹੀ ਐਂਟਰ ਫੋਨ ਸਰ, ਐਂਟਰੀ ਗੇਟ ਆ ਜਹਾਜ਼ ਵਰਤ ਸੀ ਇਹਨਾਂ ਨੇ ਬਾਹਰ 'ਚ, ਉਹ ਮਗਰ ਜੂ ਹੈ ਸਰ। ਮੀਂਹ ਵੀ ਪੈਣ ਲੱਗ ਗਿਆ, ਆ ਜਾ ਕੋਈ ਨਾ ਆ ਜਾ, ਸਾਰੇ ਜਹਾਜ਼ ਮੀਂਹ ਤਾਂ ਮਿੰਟਾਂ 'ਚ ਆ ਜਾਂਦਾ। ਅੰਦਰ ਆ ਗਈ ਆਪਾਂ, ਸੋਹਣਾ ਕਹਿੰਦਾ ਉੱਤੋਂ ਸਟਾਰਟ ਹੁੰਦਾ ਸੈਕਿੰਡ ਫਲੋਰ ਤੋਂ,
वीडियो बना लें जी आप अंदरों बोलन कुछ है भी नहीं बोल सके भी नहीं देख ही लेना सारा ने आह सारा टैंक वगैरह सारे बिच बिच तो ऐसा फोटो अभी उन्होंने वीडियो बना भी नहीं सके देखता की होनी सी अपा जी सिटी टूर कर लगे हम बसा खड़िया इधर हाँ ओपरा हाउस के बहरले पास खड़ दिया सोहना मगर आ जे मोटरसाइकिल इन्हें भी बड़ी मौज है बिच बिच कढ़ के लिया छेती कार से या बस से बहुत टाइम लग गया चार टिकट आप ले लिया जी 1,30,000 की मिली है थोड़ा सा पट्टन लगे दूजी बार चलिया लगता लाग वाढ़ा जिम्मे जी लुधियाने रोड से लगती हूँ लाग वाढ़ा है एक अंदी बस है कैमरे भी लगे हुए हैं कणिया जो पैया जो मीह पैन लगे आप अंदर हो जाएंगे ये हिसाब किताब जहा सोना छतरी बड़े रंग बिरंगी लिखा था टिकट काफी सिटी टूर करा लगता है ना ये उसी अंदर कर इतों तुरै जी आप उधरों हाँ दो ऐप ने जिन्हें जो गो जैक जड़ा वो काफी सस्ता जो एयरपोर्ट से उतरे टैक्सी वाला आ गया कहना 4,30,000 लाऊं होटल तक जान का सोना पहला पहुंचा सी इन्हें फिर मैं दसता क्या पहले उतर रही आप कर ली अपना ऐप डाउनलोड आप ऐप डाउनलोड पहले किया टैक्सी में किया टैक्सी बुक की 1,19,000 लगे अपना जो ऐप ना होंगे हो सकता आप वो तो वह कर लें 20,000 कटा लें जब 1,00,000 भी कटा लेना चल यानी 4,30,000 उन्हें मंगया से आप 1,19,000 से छट गया चंगा ही पिया है जो आए उदो बहुत पैन लग गया जी मैं अपने बूटी तुरी फिर लेंदी नहर नहीं तुरी फिर बूटी भी जाती बैंकॉक उधर थाईलैंड 7-Eleven बद ने जी इधर सर्कल के यही थौ थौ उधर 7-Eleven हजे लभ्या नहीं कोई मोटर है मीह पिया खुला डोला बहुत बना जी इतों शहर इधर तंग भी है पार्क पुरक बहुत सोहनिया बड़िया लीडर सी कोई 13th century के अभी कोई बाहर वाला म्यूजियम ही लगा जी ज़्यादा इन्होंने आप जो हथियार हो जो आप वरते थे ना जानकारी है नहीं ये बारे वाली मारते जो घुमाली फिर उधर ने फ्री वाली आइटम इधर चली जाती है तो आया
सारी सिटी सी वीडियो देख ही लेना मोटरसाइकिल सारी सिटी कर बार म्यूजियम जरा देख सकते हैं बंद हो गया हम तक बंद हो गया पै गया मोटरसाइकिल फिर दोबारे सही गल इधर देखो उत्ते चढ़ी आते इधर कि मगर उत्ते फुटपाथ तो नहीं आते ज्यादा मीह पै गया मूहरे भी होने खड़े ताही आप घूमिए ना ये सौखा लिया घुमा घुमा के इधर भी उत्तर कार तो फस जाते फिर पैसे अपना होटल इधरले पास जी नेड़े जाके इधर सिटी टूर इधर करा के बस फिर आप मोटरसाइकिल लैके निकल जाए होटल पार्क आ गई बस हम बार पैर वाली बाली वाली चल रही हाँ और पैर खेडते कहते पता नहीं कि अपनी तो बाली वाली है पार्क सोहनी है तो लंबी भी काफ़ी है दूर तक हाँ बहुत अच्छा पार्क है चली जाती नाल अपने काफ़ी लंबी है सोहनी भी है बहुत पुराने ने आज लगे ने झूले झले लगे ने ਕੰਨ ਚੱਲੀ ਜਾਂਦੇ ਆ ਕੋਨਾ ਕੋ ਬਣਾਈ ਜਾਂਦੇ ਆ ਜੀ ਆ ਦੇਖੋ ਕਿੰਨੇ ਕਿੰਨੇ ਪੁਰਾਣੇ ਦਰਖਤ ਹੋਣਗੇ ਆ ਹਾਈਟ ਦੇਖ ਲਓ ਇਹਨਾਂ ਦੀ ਨੇ ਨਰੋਏ ਨੇ ਪੱਟੇ ਨਹੀਂ ਆਗੇ ਪਰ ਆ ਦੇਖੋ ਨਾਲ ਨਾਲ ਪਾਰਕ ਆਪਣੇ ਗਰੀਨ ਕੰਟਰੀ ਦਾ ਗਰਾਉਂਡ ਆ ਜੀ ਇਹ ਸਹੀ ਗੱਲ ਆ ਹਣ ਤੇਰੀ यही गल थाईलैंड बारे सुनते थे जी माड़ी गरीब कंट्री है जी उतना गरीब कंट्री है वो भी पूरी वधिया निकली वो सफाई जिमें सफाई पखों भी हूँ वियतनाम उदू भी माड़ी कहते थे ये भी देख लो कि सुंदरता दरख्तों देख लो कि वधिया पार्क कि सोहनिया गड्डिया गड्डिया खुलियां बाकी जितों बस तुरी है अपनी उत्थे गड्डिया गड्डिया बिल्डिंगा जिमें पूरा खुला बनाया है वधिया कटिंग देख लो कि सोहनी की है उधर एक्सरसाइज भी करी जाते लाइया मशीन हूँ जाके एंड आया जी पार्क का तने देख लो अपना एक दो स्टॉप हो रहे थे इतने हाँ बस की टिकट अपन इन्हें नहीं मिली जी 443 की 1,30,000 इन्होंने दिता आप इंडिया के 443 लगे ने चल 450 कह लो पूरा मुल होने अपना जिन्ना का इन्हें दिखाता बहुत सोहना रहता है ऑनलाइन
ਆਨਲਾਈਨ 500 ਦੀ ਸੋਣਾ ਕਹਿੰਦੇ ਨੇ ਚੈੱਕ ਕੀਤੀ ਆ ਅਬੋਟਾ ਆਪਾਂ ਇੱਥੇ ਆ ਕੇ ਸਿੱਧੀ ਇਹਨਾਂ ਤੋਂ ਲਏ ਸੀ ਆਪਾਂ ਨੂੰ ਚਲੋ 450 ਮਿਲ ਗਏ ਲਾਈਟਾਂ ਹਜੇ ਕਹਿੰਦੇ ਅੱਧੇ ਅੱਧੇ ਚਲਾ ਦਿੱਤੀਆਂ ਇਹਨਾਂ ਨੇ ਆਹ ਫੁੱਲ ਜਿਹੇ ਬਣਾਏ ਨੇ ਜਿਹੜੇ ਰਾਤ ਨੂੰ ਚਲਾਉਣਗੇ ਹੋਰ ਵੀ ਆਹ ਪੋਸਟ ਆਫਿਸ ਆ ਜੀ ਹਜੇ ਚੱਲਦਾ ਅੰਦਰ ਸਮਾਂ ਜਾ ਕੇ ਆਇਆ ਇਹ ਕਹਿੰਦਾ ਬਹੁਤ ਕੁਛ ਦੇਖਣ ਨੂੰ ਜੇ ਲੱਭਣਾ ਇਹ ਬੱਸ ਲੱਭਣੀ ਤਾਂ ਆਹ ਬਿਨਕੌਮ ਵੀ ਪਾ ਸਕਦੇ ਆਪਾਂ ਇਹਦੇ ਨਾਲ ਹੀ ਜਿਵੇਂ ਇੱਥੋਂ ਤੁਰੇ ਸੀਗੇ ਜੀ ਆਪਾਂ ਪਹੁੰਚ ਚੱਲੇ ਦੂਜਾ ਟੂਰ ਵੀ ਤਿਆਰ ਖੜਾ ਨਾਰੀਅਲ ਵੀ ਤਾਂ 40,000 ਦਾ ਵਾਹਿਗੁਰੂ 40,000 ਦਾ ਨਾਰੀਅਲ ਐਂ ਘਰ ਪਾਟੋਂਗੇ ਸੁਣ ਅਜਾਸੀਆਂ ਕਰ ਕਰਕੇ ਆਹ ਪੌੜੀਆਂ ਤਾਂ ਹਮ ਜਾਂਦੀਆਂ ਉੱਤੋਂ ਆਪਾਂ ਆਇਆ ਇੱਧਰ ਪਾਰਕ ਨਾਲ ਸੋਹਣੀ ਕਿੰਨੇ ਵੱਜ ਗਏ ਟਾਈਮ ਟਾਈਮ ਕਿੰਨਾ ਹੋ ਗਿਆ 6 ਵੱਜ ਗਏ 4:30 ਤੁਰੇ ਸੀ ਨਾ ਆਪਾਂ ਪੌਣੇ ਛੇ 10 ਮਿੰਟ ਰਹਿ ਗਏ 6 ਵਜਣ 'ਚ ਆਪਾਂ 4:30 ਤੁਰੇ ਸੀਗੇ ਵਧੀਆ ਦਿਖਾ ਕੇ ਲਿਆਉਂਦਾ ਸਾਰਾ ਸਿਟੀ ਟਾਈਮ ਵੀ ਆਪਣਾ ਕੋਈ ਇੰਨਾ ਕੀ ਸੀਗਾ ਹੋਰ ਦੇਖਦੇ ਹਾਂ ਕਿੱਧਰ ਲੈ ਜਾਂਦਾ ਸੋਹਣਾ ਮੌਲ ਮੂਲ ਵਗੈਰਾ ਸਾਰੇ ਮੌਲ ਤਾਂ ਮੈਨੂੰ ਲੱਗਦਾ ਤਕਰੀਬਨ ਸਾਰੇ ਸ਼ਹਿਰਾਂ 'ਚ ਹੁਣ ਵੱਡੇ ਹੀ ਨੇ